ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਗੁਰਗਪਾਣਾ ਪਾਣੀ ਬਣਾ ਕੇ ਦਿਖਾਵਾਂਗੇ ਚਾਰ ਪੰਜ ਤਰ੍ਹਾਂ ਦਾ ਪਾਣੀ ਬਣਾ ਕੇ ਦਿਖਾਵਾਂਗੇ ਵੀਡੀਓ ਦੇਖਦੇ ਹੋਏ ਤਾਂ ਲਾਈਕ ਸ਼ੇਅਰ ਜ਼ਰੂਰ ਰੈਨ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਗਿਓ ਚਲੋ ਸਮਾਨ ਦੇਖ ਲਈਏ ਆਪਾਂ ਤੇ ਬਣਾਉਣਾ ਸ਼ੁਰੂ ਕਰੀਏ ਪਾਣੀ ਅੱਜ ਆਪਾਂ ਜਿਹੜੀ ਹੁਣ ਪਾਣੀ ਪੂਰੀ ਬਣਾਉਣ ਲੱਗੇ ਆਂ ਗੋਲ ਗੱਪਿਆਂ ਦਾ ਪਾਣੀ ਉਹਦੇ ਲਈ ਪਹਿਲਾਂ ਆਪਾਂ ਜਿਹੜੀ ਇਮਲੀ ਲਈ ਹੈ ਨਾ ਇਹ ਇਦਾਂ ਡੱਕਿਆਂ ਵਾਲੀ ਹੁੰਦੀ ਆ ਸੀਡ ਵਾਲੀ ਹੁੰਦੀ ਆ ਇਹਨੂੰ ਮੈਂ ਘੰਟਾ ਤੋਂ ਪਹਿਲਾਂ ਭੇਰੇ ਤਾ ਸੀ ਇਹ ਚੋਂ ਚੌਥਾ ਹਿੱਸਾ ਲੈ ਕੇ ਇਹਨੂੰ ਥੋੜੇ ਜਿਹਾ ਕੋਸੇ ਪਾਣੀ ਚ ਭਿੰਦੇ ਹੋ ਫਿਰ ਇਹਦਾ ਪਲਕ ਕੱਢ ਕੇ ਤੇ ਮੈਂ ਇਹਦਾ ਗਲਾਸੀ ਦੇ ਵਿੱਚ ਇਹ ਪਾਣੀ ਪਾ ਲਿਆ ਹੈ ਇਮਲੀ ਵਾਲਾ ਥੋੜਾ ਜਿਹਾ ਮੈਂ ਪਦੀਨਾ ਲਿਆ ਆ ਇੱਕ ਖਰੀ ਮਿਰਚ ਲਈ ਆ ਤੇ ਇੱਕ ਜਿੰਜਰ ਲਿਆ ਆ ਤੇ ਅੱਧਾ ਕਲੇਮਨ ਆ ਜਿਹੜਾ ਪਦੀਨਾ ਆ ਉਹ ਮੇਰਾ ਫ੍ਰੀਜਰ ਵਾਲਾ ਸੀਗਾ ਜਾਦੀ ਸੀਗਾ ਵਾਰ ਫੇ ਖਰਾਬ ਹੋ ਜਾਣਾ ਸੀਗਾ ਮੈਂ ਫੇ ਇਹਨੂੰ ਫ੍ਰੀਜਰ ਚ ਰੱਖ ਲਦਾ ਸੀ ਇਹ ਆਪਾਂ ਥੋੜਾ ਜਿਹਾ ਦੇਚ ਪੂਦਨਾ ਪਾਵਾਂਗੇ ਆਪਾਂ ਤੁਹਾਨੂੰ 3-4 ਤਰ੍ਹਾਂ ਦਾ ਪਾਣੀ ਬਣਾ ਕੇ ਦਿਖਾਵਾਂਗੀ ਮੈਂ ਪਹਿਲਾਂ ਆਪਾਂ ਆਹ ਬਣਾ ਲਈਏ ਇਹਦੇ ਨਾਲ ਹੀ ਜਿਹੜੀ ਮਿੱਠੀ ਚਟਣੀ ਆ ਉਹ ਵੀ ਆਪਾਂ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਇਹ ਮਿੱਠੀ ਚਟਣੀ ਆ ਇਹਦਾ ਆਪਾਂ ਮਿੱਠਾ ਬਣਾਵਾਂਗੇ ਇੱਕ ਆਪਾਂ ਹਿੰਗ ਵਾਲਾ ਬਣਾਵਾਂਗੇ ਇੱਕ ਆਪਾਂ ਬਣਾਵਾਂਗੇ ਪਾਈ ਨਿੰਪਲਾ ਵਾਲਾ ਸਮਾਨ ਮੈਂ ਨਾਲ-ਨਾਲ ਫੇ ਪਾਈ ਜਾਣਾ ਹੈ ਤੇ ਨਾਲ-ਨਾਲ ਤੁਹਾਨੂੰ ਦਿਖਾਈ ਜਾਣਾ ਪਹਿਲਾਂ ਆਪਾਂ ਗ੍ਰੀਨ ਵਾਲਾ ਬਣਾਉਣਾ ਹੈ ਪੁਦੀਨੇ ਨੂੰ ਆਪਾਂ ਛੋਟਾ ਛੋਟਾ ਕੱਟ ਲਈਏ ਥੋੜਾ ਜਿਹਾ ਸੀ ਮੈਂ ਗੁੱਚੀ ਚੋਂ ਚੌਥਾ ਹਿੱਸਾ ਛੋਟੀ ਜੀ ਸੀਗੀ ਗੁੱਚੀ ਉਹ ਤਾਂ ਨਹੀਂ ਇਹਦੀ 10 ਕ ਡੰਡੀਆਂ ਕਹਿ ਲਓ 10 12 ਖਨ ਆਪਾਂ 500 ਮਲ ਪਾਣੀ ਬਣਾਵਾਂਗੇ ਇਹਦਾ ਅੱਧਾ ਲੀਟਰ ਕਹਿ ਲਓ ਹਨਾ ਥੋੜੇ ਜੇ ਟੁਕੜਾ ਮੈਂ ਜਿੰਜਰ ਦਾ ਲਿਆ ਗ੍ਰੀਨ ਚਿਲੀ ਆਪਸ਼ਨਲ ਹੈ ਜੇ ਤੁਸੀਂ ਨਹੀਂ ਬੱਚੇ ਖਾਂਦੇ ਤਾਂ ਰਹਿਣ ਵੀ ਸਕਦੇ ਹਨਾ ਲਾਲ ਪਾ ਸਕਦੇ ਜੇ ਤੁਸੀਂ ਫਰੈਸ਼ ਨਿੰਬੂ ਨਹੀਂ ਪਾਉਣਾ ਤੁਸੀਂ ਇਹਦਾ ਲੈਮਨ ਜੂਸ ਜਿਹੜਾ ਹੁੰਦਾ ਆ ਇਹਨੂੰ ਵੀ ਤੁਸੀਂ ਵਰਤ ਸਕਦੇ ਆ ਆਪਾਂ ਇਹਦੇ ਚ ਪਾ ਲਿਆ ਧਨੀਆ ਤੇ ਜਿਹੜੇ ਲੈ ਸਪਦੀਨੇ ਦੇ ਪੱਤੇ ਮਿਰਚ ਅਦਰਕ ਇੱਕ ਵੱਡਾ ਚਮਚਾ ਇਹਦੇ ਵਿੱਚ ਮੇ ਪਾਉਣ ਲੱਗੀ ਆ ਨਿੰਬੂ ਦਾ ਜੂਸ ਜੇ ਤੁਸੀਂ ਜ਼ਿਆਦਾ ਤਿੱਖਾ ਖੱਟਾ ਕਰਨਾ ਹੈ ਤੇ ਆਪਾਂ ਦੋ ਪਾ ਸਕਦੇ ਆ ਇਹਦੇ ਵਿੱਚ ਆਪਾਂ ਆਹ ਵਾਲਾ ਜੂਸ ਕਰ ਲਵਾਂਗੇ ਦੂਸਰੇ ਚ ਆਪਾਂ ਫਰੈਸ਼ ਕਰਾਂਗੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਬਲੈਂਡ ਕਰ ਦੇਣਾ ਪੇਸਟ ਬਣਾ ਦੇਣਾ ਇਹਦਾ ਫਿਰ ਆਪਾਂ ਇਹਨੂੰ ਪਾਣੀ ਨੂੰ ਪਾਉਣਾ ਆ ਹੁਣ ਆਪਾਂ ਇਹਨੂੰ ਪੇਸਟ ਬਣਾ ਲਈਏ ਤਾਂ ਸਵਾਰ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਬਲੈਂਡ ਕਰ ਲਿਆ ਆ ਹੁਣ ਆਪਾਂ ਇਹਨੂੰ ਛਾਨਣੀ ਚ ਪਾ ਕੇ ਨਾਲ ਨਾਲ ਇਹਨੂੰ ਛਾਣ ਲੈਣਾ ਆ। ਉਦਾਂ ਨਹੀਂ ਰੱਖਣਾ ਹੈਗਾ। ਫੇ ਜਿਹੜਾ ਤੇ ਸਾਰਾ ਸਮਾਨ ਹੋਊਗਾ ਉਹ ਨਿਕਲ ਜਾਊਗਾ। ਜਿਹੜਾ ਪਾਣੀ ਆਪਾਂ ਪਾਉਣਾ ਨਾ ਗਲਾਸ ਇਹਦੇ ਚ ਉਹ ਫੇ ਆਪਾਂ ਨਾਲ ਹੀ ਦਾ ਧੋ ਕੇ ਇਹਦੇ ਚੋਂ ਵੀ ਕੱਢ ਲਈਏ ਸਾਰਾ ਚਾਰ ਪੰਜ ਤਰ੍ਹਾਂ ਦਾ ਪਾਣੀ ਬਣਾਵਾਂਗੇ ਆਪਾਂ। ਹੁਣ ਇਹਨੂੰ ਚੰਗੀ ਤਰ੍ਹਾਂ ਇਦਾਂ ਐਨ ਮੈਸ਼ ਕਰ ਦੇਣਾ। ਜਿਹੜਾ ਵਿੱਚੋਂ ਨਾਈਸ ਅਸਰ ਜਿਹੜਾ ਨਿਕਲ ਜਾਊਗਾ। ਇਹਨੂੰ ਆਪਾਂ ਫੇ ਡੋਲਣਾ ਨਹੀਂਗਾ। ਇਹਨੂੰ ਆਪਾਂ ਜਦੋਂ ਆਲੂ ਵਾਲਕੇ ਵਿੱਚ ਫਿਲ ਕਰਾਂਗੇ ਹਨਾ ਗੋਲ ਗੱਪਿਆਂ ਦੇ ਵਿੱਚ ਉਹਦੇ ਚ ਇਹਨੂੰ ਪੇਸਟ ਨੂੰ ਯੂਜ਼ ਕਰਾਂਗੇ ਡੋਲਣਾ ਨਹੀਂ ਇਹ ਇਹ ਆਪਣਾ ਤਿੱਖਾ ਹੋ ਗਿਆ ਇਹਦੇ ਚ ਆਪਾਂ ਮਸਾਲੇ ਪਾਉਣੇ ਹੁਣ ਇਹ ਆਪਾਂ ਇਦਾਂ ਹੁਣ ਕੌਲੀ ਚ ਕੱਢ ਕੇ ਰੱਖ ਲੈਣਾ ਇਹ ਆਪਾਂ ਉਹਦੇ ਚ ਆਲੂਆਂ ਚ ਪਾਵਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਪਾਣੀ ਬਣਾ ਲਈਏ ਫਿਰ ਆਪਾਂ ਕਰਾਂਗੇ ਗੋਲ ਗੱਪਿਆਂ ਦੇ ਲਈ ਹਾਫ ਟੀस्पून ਆਪਾਂ ਇੱਚ ਸੋਲਟ ਪਾਵਾਂਗੇ ਹਾਫ ਟੀस्पून ਆਪਾਂ ਇਹਦੇ ਚ ਬਲੈਕ ਸੋਲਟ ਵੀ ਪਾਵਾਂਗੇ ਉਹਦੇ ਨਾਲ ਨਾਈਸ ਜਿਹੀ ਫਲੇਵਰ ਆਉਂਦਾ ਆ ਹਾਫ ਟੀस्पून ਆਪਾਂ ਬਲੈਕ ਸੋਲਟ ਪਾਤਾ 1/2 टीस्पून ਆਪਾਂ ਪੈਰਿਚ ਪਾਉਣ ਲੱਗੇ ਆਂ ਚਾਟ ਮਸਾਲਾ ਪਹਿਲਾਂ ਆਪਾਂ ਜਿਹੜਾ ਜ਼ਿਆਦਾ ਕਰਾਰਾ ਹੈ ਉਹ ਪਾਣੀ ਰੈਡੀ ਕਰ ਲਈਏ ਦੂਜੇ ਦਾ ਇਨਸਟੈਂਟ ਹੈ ਚਟੇ ਹੋ ਜਾਣੇ ਆ ਲੋਕ ਚੁੰਡੀਆਂ ਕਹਿ ਲਓ ਆਮਚੂਰ ਪਾਵਾਂਗੇ ਆਪਾਂ ਇਹਦੇ ਵਿੱਚ ਇਹਨਾਂ ਨੂੰ ਮਿਕਸ ਕਰ ਦਈਏ ਚੰਗੀ ਤਰ੍ਹਾਂ ਇੱਕ ਚਮਚਾ ਪੈਰਿਚ ਪਾ ਦਈਏ ਜਿਹੜੀ ਖੱਟੀ ਇਮਲੀ ਦਾ ਆਪਾਂ ਜੂਸ ਕੱਢ ਕੇ ਰੱਖਿਆ ਆ ਜੇ ਤੁਸੀਂ ਜ਼ਿਆਦਾ ਪਾਉਣਾ ਅਧਿਕ ਚਮਚਾ ਆਪਾਂ ਹੋਰ ਪਾ ਦਨੇ ਆ ਇਹਨੂੰ ਜਦੋਂ ਕੱਢਣਾ ਆ ਇਹਨੂੰ ਇਮਲੀ ਪਹਿਲਾਂ ਭੇਣੀ ਆ ਫਿਰ ਜੂਸ ਕਰਨੀ ਹੈ ਫਿਰ ਭੇਗੇ ਪੇ ਨਾਲ ਇਸ ਨੂੰ ਇਹਨਾਂ ਛਾਣ ਲੈਣਾ ਹੈ ਕਾਸੇ ਦੇ ਨਾਲ ਛਾਨਣੀ ਨਾ ਆਹ ਤਾਂ ਪਾਣੀ ਆਪਣਾ ਰੈਡੀ ਹੋ ਗਿਆ ਗ੍ਰੀਨ ਵਾਲਾ ਪਾਣੀ ਆਪਣਾ ਰੈਡੀ ਹੋ ਗਿਆ ਹੁਣ ਆਪਾਂ ਅਗਲਾ ਕਰੀਏ ਆਪਾਂ ਗਲਾਸ ਚ ਪਾਣੀ ਪਹਿਲੇ ਪਾ ਲਿਆ ਆ ਪੌਣੇ ਇੱਕ ਗਲਾਸ ਨਾਲੋਂ ਥੋੜ੍ਹਾ ਜਿਆਦਾ ਆ ਇਹ ਆਪਾਂ ਬਣਾਵਾਂਗੇ ਖੱਟਾ ਇਮਲੀ ਵਾਲਾ ਜਿਹੜਾ ਆ ਦੋ ਤਿੰਨ ਚਮਚੇ ਆਪਾਂ ਪਾਵਾਂਗੇ ਇਮਲੀ ਦੇ ਤਿੰਨ ਪਾ ਦਿੰਨੇ ਆ ਇੱਕ ਕਪਾ ਚਮਚਾ ਪਾ ਦਈਏ ਮਿੱਠੀ ਇਮਲੀ ਵਾਲਾ ਜਿਹੜਾ ਚਟਣੀ ਆ ਵੱਡਾ ਟੀस्पून ਪਾਇਆ ਨੇ ਹਾਫ ਟੀस्पून ਆਪਾਂ ਪਾਇਆ ਬਲੈਕ ਸੌਟ ਹਾਫ ਟੀस्पून ਅਪਾਪਾਇਰ ਵਿੱਚ ਜਿੰਜਰ ਪਾਊਡਰ ਹਾਫ ਟੀस्पून ਪਾਵਾਂਗੇ ਅਪਾਇਰ ਵਿੱਚ ਚਾਟ ਮਸਾਲਾ ਇਹ ਵੀ ਨਾਈਸ ਪਾਣੀ ਬਣ ਜਾਣਾ ਤੇ ਇੱਕ ਚਮਚਾ ਅਪਾਇਰ ਵਿੱਚ ਪਾਵਾਂਗੇ ਪਾਊਡਰ 슈ਗਰ ਇਹ ਮੈਂ ਪੀ ਕੇ ਰੱਖੀ ਹੋਈ ਹੈ ਫਿਰ ਜਿਆਦੇ ਮਿਰਚਾਂ ਵਾਲਾ ਨਹੀਂ ਨਾ ਸਾਰੇ ਬਣਾ ਲੈਣੇ ਮਿੱਠਾ ਵੀ ਚਾਹੀਦਾ ਹੈ ਕੋਈ ਇਹਨ ਹੁਣ ਤੁਸੀਂ ਇਦਾਂ ਦੇਖ ਸਕਦੇ ਹੋ ਚੱਕ ਕੇ ਹੱਥ ਤੇ ਪਾ ਕੇ ਬਲੂਨ ਵਿੱਚ ਕਿਦਾਂ ਲੱਗਦਾ ਆਹ ਤਾਂ ਪਾਣੀ ਬਹੁਤ ਸੋਹਣਾ ਬਣਿਆ ਵੇਬੀ ਆਪਣਾ ਰੈਡੀ ਹੋ ਗਿਆ ਹੁਣ ਬਣਾਵਾਂਗੇ ਆਪਾਂ ਹਿੰਗ ਵਾਲਾ ਇਹ ਵੀ ਆਪਾਂ ਉਨੇ ਗਲਾਸ ਲਿਆ ਪਾਣੀ ਦਾ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਅੱਧਾ ਟੇਬਲस्पून ਹਿੰਗ ਦਾ ਅੱਧਾ ਟੀस्पून ਅ ਟੇਬਲस्पून ਐ ਸੌਰੀ ਅੱਧਾ ਟੇਬਲस्पून ਹਿੰਗ ਦਾ ਪਾ ਦਿੱਤਾ ਆਪਾਂ ਹਾਫ ਟੀस्पून ਪਾਇਆ ਆਪਾਂ ਚਾਟ ਮਸਾਲਾ ਦੋ ਚਮਚੇ ਆਪਾਂ ਪਾਵਾਂਗੇ ਇਹਦੇ ਵਿੱਚ ਨਿੰਬੂ ਦਾ ਜੂਸ 1 ਥੀ 2 ਇਹਨਾਂ ਨੂੰ ਹੁਣ ਆਪਾਂ ਮਿਕਸ ਕਰ ਦਈਏ ਬਹੁਤ ਨਾਈਸ ਬਣਦਾ ਹੈ ਹਿੰਗ ਵਾਲਾ ਪਾਣੀ ਵੀ ਸਾਡੇ ਫਗਵਾੜੇ ਦਿੰਦਾ ਪਾਜੀ ਪੰਜ ਰਤਨ ਵਾਲਾ ਪਾਣੀ ਕਿਤੇ ਗੋਲ ਗੱਪੇ ਖਾ ਕੇ ਦੇਖਿਓ ਉਹਨਾਂ ਦੇ ਇੰਨੇ ਸਵਾਦ ਪਾਣੀ ਹੁੰਦਾ ਇੱਕ ਟੇਬਲस्पून ਆਪਾਂ ਪਾਵਾਂਗੇ 슈ਗਰ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਟੇਬਲस्पून ਆਪਾਂ ਪਾਵਾਂਗੇ ਖੱਟੀ ਇਮਲੀ ਦਾ ਇਹ ਵੀ ਆਪਣਾ ਪਾਣੀ ਹੋ ਗਿਆ ਰੈਡੀ ਠੰਗ ਵਾਲਾ ਪਾਣੀ ਵੀ ਰੈਡੀ ਹੋ ਗਿਆ ਆਪਣਾ ਤੇ ਹੁਣ ਆਪਣਾ ਰਹਿ ਗਿਆ ਪਾਈਨਐਪਲ ਵਾਲਾ ਇਹਦਾ ਵੀ ਮੈਂ ਲੂਣ ਮੈਂ ਚੈੱਕ ਕਰ ਲਿਆ ਇਹ ਵੀ ਬਹੁਤ ਨਾਈਸ ਹੈ ਇਹਨਾਰੇ ਤਾਂ ਹੁਣ ਮੈਂ ਹੀ ਚੈੱਕ ਕਰ ਸਕਦੀ ਹਾਂ ਤੁਸੀਂ ਤਾਂ ਕਰ ਨਹੀਂ ਸਕਦੇ ਹਨ ਤੁਸੀਂ ਬਣਾ ਕੇ ਦੱਸਿਓ ਮੈਨੂੰ ਕਿੱਦਾਂ ਦੇ ਬਣੇ ਹੁਣ ਆਪਾਂ ਕਰਾਂਗੇ ਪਾਈਨਐਪਲ ਵਾਲਾ ਰੈਡੀ ਤੁਸੀਂ ਜੂਸ ਜਿਹੜਾ ਮਰਜ਼ੀ ਲੈ ਸਕਦੇ ਆ ਪਾਈਨੈਪਲ ਲੈ ਲਓ ਚਾਹੇ ਤੁਸੀਂ ਜਿਹੜਾ ਟ੍ਰੌਪੀਕਲ ਆਪਣਾ ਆਉਂਦਾ ਉਹ ਲੈ ਲਓ ਚਾਹੇ ਐਪਲ ਜੂਸ ਲੈ ਲਓ ਮੈਂ ਪਾਈਨੈਪਲ ਲੈ ਲਿਆ ਹਨ ਇਹ ਬਣੂਗਾ ਆਪਣਾ ਖੱਟਾ ਮਿੱਠਾ ਇਹਦੇ ਵਿੱਚ ਮੈਂ ਹਾਜਮੂਲੇ ਵਾਲੀਆਂ ਪੁਦੀਨੇ ਵਾਲੀਆਂ ਜਿਹੜੀਆਂ ਗੋਲੀਆਂ ਹੁੰਦੀਆਂ ਨਾ ਉਹ ਮੇਰੇ ਚ ਚਾਰ ਗੋਲੀਆਂ ਪਾਉਂਗੀ ਪੰਜ ਪਾ ਦਨੇ ਚਲ ਪੰਜ ਇਹਦੇ ਚ ਗੋਲੀਆਂ ਪਾਈਆਂ ਜਿਹੜਾ ਆਪਾਂ ਪਾਣੀ ਬਣਾਇਆ ਨਾ ਹਿੰਗ ਵਾਲਾ ਕਈਆਂ ਨੂੰ ਉਹ ਕਈ ਨਹੀਂ ਲਾਈਕ ਕਰਦੇ ਹਿੰਗ ਵਾਲਾ ਪਾਣੀ ਫਿਰ ਤੁਸੀਂ ਉਹਦੇ ਚ ਆ ਕੱਲੀਆਂ ਪੁਦੀਨੇ ਵਾਲੀਆਂ ਗੋਲੀਆਂ ਪਾ ਕੇ ਪਾਣੀ ਉਹਦਾ ਰੈਡੀ ਕਰ ਸਕਦੇ ਆ 1/2 टीस्पून ਪਾਵਾਂਗੇ ਆਪਾਂ ਇਹਦੇ ਵਿੱਚ ਬਲੈਕ ਸੌਲਟ ਤੇ 1/2 टीस्पून ਪਾਵਾਂਗੇ ਆਗਾ ਇਹਦੇ ਵਿੱਚ ਰੈੱਡ ਚਿੱਲੀ ਇਹਨੂੰ ਹੁਣ ਆਪਾਂ ਕਰ ਦੇਣਾ ਮਿਕਸ ਇਹ ਵੀ ਪਾਣੀ ਆਪਣਾ ਹੋ ਗਿਆ ਰੈਡੀ ਕਲਰ ਚੇਂਜ ਹੋ ਗਿਆ ਨਾ ਗੋਲੀਆਂ ਦੇ ਨਾਲ ਬਹੁਤ ਟੇਸਟੀ ਬਣਦਾ ਹੈ ਇਹ ਤੁਸੀਂ ਵੀ ਦੇਖਿਓ ਬਣਾ ਕੇ ਇਹ ਗੋਲੀਆਂ ਤਾਂ ਆਪਸ਼ਨਲ ਗੋਲੀਆਂ ਤਾਂ ਹਰ ਇੱਕ ਸਟੋਰ ਤੋਂ ਮਿਲ ਜਾਂਦੀਆਂ ਆਪਣੇ ਤੋਂ ਇੰਡੀਅਨ ਸਟੋਰ ਤੋਂ ਮਿਲ ਜਾਂਦੀਆਂ ਆ ਵੀ ਆਪਣਾ ਪਾਣੀ ਹੋ ਗਿਆ ਰੈਡੀ ਹੁਣ ਆਪਣੇ ਰਹਿ ਗਏ ਗੋਲ ਗੱਪੇ ਜਿਹੜਾ ਮਿੱਠਾ ਪਾਣੀ ਆ ਉਹ ਆਪਾਂ ਚਟਣੀ ਮਿੱਠੀ ਜਿਹੜੀ ਆ ਇਹਨੂੰ ਸਰਵ ਕਰਾਂਗੇ ਨਾਲ ਚਾਰ ਪਾਣੀ ਆਪਾਂ ਰੈਡੀ ਕਰ ਲਏ ਸੀ ਜਿਹੜਾ ਪੰਜ ਮਰਿੰਦਾ ਆ ਰਿੰਦਾ ਆ ਉਹ ਆਪਾਂ ਜਿਹੜੀ ਇਮਲੀ ਬਣਾਈ ਹੋਈ ਹੈ ਨਾ ਆਪਣੀ ਮਿੱਠੀ ਚਟਨੀ ਜਿਹੜੀ ਬਣਾਈ ਆ ਉਹ ਆਪਾਂ ਪਾਣੀ ਦੇ ਵਿੱਚ ਇਦਾਂ ਪਾ ਲੈਣੇ ਤਿੰਨ ਚਾਰ ਚਮਚੇ ਇਹ ਆਪਣਾ ਮਿੱਠਾ ਪਾਣੀ ਹੋ ਗਿਆ ਲੋ ਜੀ ਇੰਬੀ ਵਾਲਾ ਮਿੱਠਾ ਪਾਣੀ ਹੋ ਗਿਆ ਇਹ ਆ ਗ੍ਰੀਨ ਵਾਲਾ ਪਾਈਨੈਪਲ ਵਾਲਾ ਆ ਇਮਲੀ ਵਾਲਾ ਜਿਹੜਾ ਮਿਰਚਾਂ ਵਾਲਾ ਪਾਣੀ ਆ ਤੇ ਆ ਆਪਣਾ ਹਿੰਗ ਵਾਲਾ ਪਾਣੀ ਹੋ ਗਿਆ ਵੀਡੀਓ ਦੇਖ ਲਈ ਹੁੰਨੇ ਤਾਂ ਲਾਈਕ ਸ਼ੇਅਰ ਕਰ ਦੇਈਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਵੀਡੀਓ ਦੇਖਣ ਦਾ ਥੈਂਕ ਯੂ ਵੈਰੀ ਮੱਚ ਤੁਸੀਂ ਵੀ ਖਾਓ ਗੋਲ ਗੱਪੇ ਅਸੀਂ ਵੀ ਖਾ ਲਈਏ Thank you very much.